ਸਬ ਡਿਵੀਜ਼ਨ ਭਵਾਨੀਗੜ੍ਹ ਦੇ ਪਿੰਡ ਪੱਟੀਵਾਲ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਲੋਕ ਸਭਾ ਉਮੀਦਵਾਰ ਭਗਵੰਤ ਮਾਨ ਨੇ ਆਖਿਆ ਕਿ ਮਾਨਸਾ ਤੋਂ MLA ਨਾਜਰ ਸਿੰਘ ਤੋਂ ਪਹਿਲਾਂ ਹੀ ਪਾਰਟੀ ਛੱਡ ਕੇ ਜਾਣ ਨੂੰ ਕਹਿੰਦੇ ਰਹਿੰਦੇ ਸੀ। ਉਹਨਾਂ ਇਸ ਨੂੰ ਸੁਖਪਾਲ ਖਹਿਰਾ ਦੀ ਸਾਜ਼ਿਸ਼ ਦੱਸਿਆ ਕਿਉਂਕਿ ਸੁਖਪਾਲ ਖਹਿਰਾ ਜਦੋਂ ਪਾਰਟੀ ਛੱਡ ਕੇ ਗਏ ਸੀ ਉਹਨਾਂ ਦਾ ਵਿਧਾਇਕਾਂ ਨਾਲ ਰਾਬਤਾ ਲਗਾਤਾਰ ਕਾਇਮ ਰਿਹਾ ਸੀ। ਉਹੀ ਕੁਝ ਆਗੂਆਂ ਨੂੰ ਗੁੰਮਰਾਹ ਕਰਦੇ ਰਹਿੰਦੇ ਸੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਨੇਤਾ ਅਮਨ ਅਰੋੜਾ ਦੀ ਅਫਵਾਹ ਚੱਲ ਰਹੀ ਹੈ ਕਿ ਉਹ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਨੇ ਤਾਂ ਉਹਨਾਂ ਆਖਿਆ ਕਿ ਇਹ ਨਿਰੀ ਅਫਵਾਹ ਹੈ। ਅੱਜ ਤੋਂ ਸਾਲ ਪਹਿਲਾਂ ਉਹਨਾਂ ਦੀ ਵੀ ਅਫਵਾਹ ਉੱਡੀ ਸੀ ਕਿ ਉਹ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਰਾਹੁਲ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਹੋ ਰਹੀ ਹੈ। ਉਹਨਾਂ ਆਖਿਆ ਕਿ ਅਮਨ ਅਰੋੜਾ ਚੋਣ ਕਮੇਟੀ ਦੇ ਚੋਣ ਇੰਚਾਰਜ ਨੇ ਅਤੇ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਨੇ, ਜਿਸ ਲਈ ਉਹਨਾਂ ਦਾ ਕਾਂਗਰਸ ਵਿੱਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਜ਼ਾਦ ਟੀਵੀ ਨਿਊਜ਼ ਦੇ ਲਈ ਪਿੰਡ ਪੱਟੀਵਾਲ ਕਲਾਂ ਤੋਂ ਛਿੰਦਰਪਾਲ ਦੀ ਰਿਪੋਰਟ। ਮੈਲੇ ਪਾਰਟੀ ਛੱਡ ਕੇ ਗਏ ਨੇ, ਉਹਦਾ ਕੀ ਰਿਵੀਜ਼ਨ ਸੀ ਅਸਲੀ? ਦੇਖੋ ਜੀ, ਪਹਿਲੀ ਉਹ ਬਾਗੀ ਹੋ ਗਏ ਸੀਗੇ, ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਭਰਮਾ ਕੇ ਲੈ ਗਿਆ ਸੀ। ਔਰ ਮੈਂ ਇਹ ਗੱਲ ਬਹੁਤ ਚਿਰ ਪਹਿਲਾਂ ਕਹਿੰਦੀ ਸੀ ਕਿ ਖਹਿਰਾ ਸਾਹਿਬ ਪਾਰਟੀ ਡੈਮੇਜ ਕਰ ਰਹੇ ਨੇ, ਉਹ ਕਾਂਗਰਸ ਨਾਲ ਅਤੇ ਅਕਾਲੀਆਂ ਦੋਨਾਂ ਨਾਲ ਮਿਲ ਕੇ ਉਹਨਾਂ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਨੇ। ਹੁਣ ਉਹਨਾਂ ਨੇ ਆਪਦੇ ਜਿਹੜਾ ਗਰੁੱਪ ਹੈ ਹੌਲੀ ਹੌਲੀ ਕਾਂਗਰਸ ਵੱਲ ਸੁੱਟਣਾ ਸ਼ੁਰੂ ਕਰਤਾ। ਹੁਣ ਤੁਸੀਂ ਇਹ ਸੋਚ ਸਕਦੇ ਹੋ ਕਿ ਜੇ ਉਦੋਂ ਇੱਕਦਮ ਡਿਸੀਜਨ ਨਾ ਲੈਂਦੇ ਇਹਨਾਂ ਨੂੰ ਲਾਉਣ ਵਾਲਾ, ਤਾਂ ਉਹ ਇਹ ਕੰਮ ਉਹਨਾਂ ਨੇ ਹੁਣ ਕਰਨਾ ਸੀ। ਉਹਨੇ ਸਾਰੀ ਪਾਰਟੀ ਚੱਕ ਕੇ ਕਾਂਗਰਸ ਨੂੰ ਸੁੱਟ ਦੇਣੀ ਸੀ, ਕਿਉਂਕਿ ਉਹਨਾਂ ਨੂੰ ਜਾਣਾ ਵੀ ਆਉਂਦਾ, ਆਉਣਾ ਵੀ ਆਉਂਦਾ, ਭੇਜਣੇ ਵੀ ਆਉਂਦੇ ਨੇ, ਲਿਆਉਣੇ ਵੀ ਆਉਂਦੇ ਨੇ। ਸੋ ਇਹ ਤਿਕੜਮਬਾਜ਼ੀ ਉਹਨਾਂ ਦੇ ਖੂਨ 'ਚ ਨੇ। ਸੋ ਲੋਕਾਂ ਨੇ ਜੋ ਵਿਰੋਧ ਕੀਤਾ, ਇਹ ਹੁਣ ਖੁਦਮੁਖਤਾਰੀ ਦੀ ਗੱਲ ਕਰਦੇ ਸੀ ਮਾਨਸਾ ਵਾਲੇ MLA ਕਿ ਹੁਣ ਰਾਹੁਲ ਗਾਂਧੀ ਭੀਖੀ ਆ ਕੇ ਮੀਟਿੰਗ ਕਰਿਆ ਕਰੂ ਇਹਨਾਂ ਨਾਲ, ਸੋਨੀਆ ਗਾਂਧੀ ਮਾਨਸਾ ਬੈਠਿਆ ਕਰੂ ਇਹਨਾਂ ਨਾਲ। ਖੁਦਮੁਖਤਾਰੀ ਦੀਆਂ ਗੱਲਾਂ ਐਵੇਂ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਆ। ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ MLA ਬਣਾਇਆ ਅਤੇ ਤੁਸੀਂ ਚੱਕ ਕੇ ਉੱਧਰ ਨੂੰ ਸੁੱਟਤੇ। ਸੋ ਲੋਕ ਇਹਨਾਂ ਦਾ ਜਵਾਬ ਦੇਣਗੇ 19 ਤਰੀਕ ਨੂੰ। ਮਾਨ ਸਾਹਿਬ, ਇੱਕ ਅਮਨ ਅਰੋੜਾ ਨੇ ਜਿਹੜੇ ਉਹਨਾਂ ਦੀ ਅਫਵਾਹ ਉੱਡਦੀ ਹੈ, ਨਹੀਂ ਐਵੇਂ ਤਾਂ ਮੇਰੇ ਬਾਰੇ ਕਹੀ ਜਾਂਦੀ ਸੀ 2 ਸਾਲ ਪਹਿਲਾਂ, ਕਹਿੰਦੇ ਰਾਹੁਲ ਗਾਂਧੀ ਨਾਲ ਗੱਲ ਹੋ ਗਈ ਬਠਿੰਡੇ ਤੋਂ ਕਾਂਗਰਸ ਤੋਂ ਲੜੂਗਾ, ਹੁਣ ਮੈਂ ਇੱਥੋਂ ਕਾਗਜ਼ ਭਰਤੇ ਆਵਾਂ ਦੀ ਪਾਰਟੀ ਤੋਂ, ਫਿਰ ਹੁਣ ਕੀ ਕਾਹਦੀ ਅਫਵਾਹ? ਇਹ ਐਵੇਂ ਅਫਵਾਹ ਨੇ, ਉਹ ਸਾਡੀ ਕੰਪੇਨ ਕਮੇਟੀ ਦੇ ਚੇਅਰਮੈਨ ਸਾਰੇ ਪੰਜਾਬ ਜਾ। ਲਾਸਟ ਕੁਐਸਚਨ ਹੈ ਜੀ, ਅਤੇ ਜਿਹੜਾ ਮਤਲਬ ਕਿ ਮੈਚ ਆ ਹੁਣ ਤੁਹਾਡਾ, ਜ਼ਿਆਦਾਤਰ ਤਾਂ ਕਿਹੜੀ ਧਿਰ ਦੇ ਨਾਲ ਹੈਗਾ? ਮੇਰਾ ਕਿਸੇ ਵੀ ਧਿਰ ਨਾਲ ਨਹੀਂ ਜੀ, ਮੇਰਾ ਤਾਂ ਗਰੀਬੀ ਨਾਲ ਮੈਚ ਹੈ ਜੀ। ਮੇਰਾ ਤਾਂ ਬੇਰੁਜ਼ਗਾਰੀ ਨਾਲ, ਮਹਿੰਗਾਈ ਨਾਲ, ਕਿਸਾਨਾਂ ਦੀ ਦੁਰਦਸ਼ਾ, ਖੇਤ ਮਜ਼ਦੂਰ ਚੁੱਲ੍ਹੇ ਲੋਕਾਂ ਦੇ ਬੁੱਝ ਗਏ, ਹੈਂ, ਸਿਵਿਆਂ ਦੀ ਅੱਗ ਬੁੱਝਣ ਦਾ ਨਾਮ ਹੀ ਲੈਂਦੀ ਉਹਨਾਂ ਨਾਲ ਮੁਕਾਬਲਾ ਜੀ। ਇਹਨਾਂ ਦਾ ਹੋਊਗਾ ਨੋਟਾਂ ਨਾਲ, ਕੇਵਲ ਢਿੱਲੋਂ ਦਾ ਅਤੇ ਪਰਮਿੰਦਰ ਢੀਂਡਸਾ ਦਾ ਸਖ਼ਤ ਮੁਕਾਬਲਾ ਨੋਟਾਂ ਨਾਲ ਹੈ ਕਿ ਉਹਨਾਂ ਨੂੰ ਨਾ ਵੱਧ ਪੈ ਜਾਣਾ।